ਤਾਂ ਦੋਸਤੋ ਆਪਾਂ ਅੱਜ ਗੱਲ ਕਰਾਂਗੇ ਨਰਮੀਆਂ ਦੇ ਰੇਟਾਂ ਬਾਰੇ। ਅਤੇ ਨਰਮੀਆਂ ਜਿਹੜੇ ਰੇਟ ਆ ਨਾ ਆਪਾਂ ਦੇਖ ਰਹੇ ਸੀ ਕਿ ਕਾਫੀ ਸਮੇਂ ਤੋਂ ਇੱਕ ਥਾਂ 'ਤੇ ਨਾ ਰੁਕ ਗਏ ਸੀਗੇ, ਪਰੰਤੂ ਅੱਜ ਆਪਣੇ ਕਿਸਾਨ ਵੀਰਾਂ ਲਈ ਖੁਸ਼ਖਬਰੀ ਹੈ ਕਿ ਨਰਮੀਆਂ ਰੇਟ ਨਾ ਪਹਿਲਾਂ ਨਾਲੋਂ ਥੋੜ੍ਹੇ ਜਿਹੇ ਵਧੇ ਆ। ਸਪੈਸ਼ਲੀ ਹੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਨਰਮੀ ਦਾ ਰੇਟ ਥੋੜ੍ਹਾ ਜਿਹਾ ਵਧਿਆ ਗਾ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਗਿੱਦੜਬਾਹਾ ਮੰਡੀ ਦੀ। ਤਾਂ ਦੋਸਤੋ ਇੱਥੇ ਨਰਮਾ 8830 ਰੁਪਏ ਪ੍ਰਤੀ ਕੁਇੰਟਲ ਵਿਕਿਆ, ਇਹ ਸਿਰਾ ਰੇਟ ਆ 8830 ਰੁਪਏ। ਤਾਂ ਦੋਸਤੋ ਜੋ ਵੀ ਕਿਸਾਨ ਵੀਰ ਇਹ ਵੀਡੀਓ ਦੇਖ ਰਿਹਾ, ਕਿਰਪਾ ਕਰਕੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇ, ਅਤੇ ਜੇਕਰ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਸਿਰਸਾ ਮੰਡੀ ਦੀ। ਤਾਂ ਦੋਸਤੋ ਇੱਥੇ ਨਰਮਾ 8835 ਰੁਪਏ ਪ੍ਰਤੀ ਕੁਇੰਟਲ ਵਿਕਿਆ ਗਾ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਹਨੂੰਮਾਨਗੜ੍ਹ ਦੀ। ਤਾਂ ਦੋਸਤੋ ਇੱਥੇ ਨਰਮੇ ਦਾ ਭਾਅ 8600 ਰੁਪਏ ਤੋਂ ਲੈ ਕੇ 8799 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ। ਆਦਮਪੁਰ ਮੰਡੀ ਦੇ ਵਿੱਚ 7700 ਰੁਪਏ ਤੋਂ ਲੈ ਕੇ 8421 ਰੁਪਏ ਪ੍ਰਤੀ ਕੁਇੰਟਲ ਤੱਕ ਨਰਮਾ ਵਿਕਿਆ ਗਾ। ਬਰਵਾਲਾ ਦੇ ਵਿੱਚ 8000 ਰੁਪਏ ਤੋਂ ਲੈ ਕੇ 8135 ਰੁਪਏ ਪ੍ਰਤੀ ਕੁਇੰਟਲ ਤੱਕ ਨਰਮੇ ਦਾ ਭਾਅ ਰਿਹਾ। ਫਤਿਆਬਾਦ ਦੇ ਵਿੱਚ, ਤਾਂ ਦੋਸਤੋ ਫਤਿਆਬਾਦ ਮੰਡੀ ਨਾ ਉੱਥੇ ਰੁਕੀ ਪਈ ਹੈ, ਘੱਟ ਤੋਂ ਘੱਟ 6000 ਰੁਪਏ ਅਤੇ ਵੱਧ ਤੋਂ ਵੱਧ ਜਿਹੜਾ ਸਿਰਾ ਰੇਟ ਆ ਉਹ 8300 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਗਾ। ਹੁਣ ਦੋਸਤੋ ਆਪਾਂ ਕਾਫੀ ਵੀਡੀਓ ਪਾਤੀਆਂ, ਪਰੰਤੂ ਫਤਿਹਾਬਾਦ ਦਾ ਰੇਟ ਜਿਹੜਾ ਘੱਟ ਤੋਂ ਘੱਟ ਨਾ ਉਹ 6000 ਰੁਪਏ ਦੇ ਆਸੇ ਪਾਸੇ ਰਹਿੰਦਾ ਗਾ। ਅੱਗੇ ਗੱਲ ਕਰਦੇ ਹਾਂ ਆਪਾਂ ਸੰਘਰੀਆ ਮੰਡੀ ਦੀ। ਤਾਂ ਦੋਸਤੋ ਜਿਹੜੀ ਸੰਘਰੀਆ ਮੰਡੀ ਆ ਉੱਥੇ ਨਰਮੇ ਦਾ ਰੇਟ 8400 ਰੁਪਏ ਤੋਂ ਲੈ ਕੇ 8700 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ ਹੈਗਾ। ਹੁਣ ਗੱਲ ਕਰਦੇ ਆਪਾਂ ਅਬੋਹਰ ਮੰਡੀ ਦੀ। ਅਬੋਹਰ ਦੇ ਵਿੱਚ ਵੀ ਨਰਮੇ ਰੇਟ ਬਹੁਤ ਵਧੀਆ ਰਿਹਾ, 8600 ਰੁਪਏ ਤੋਂ ਲੈ ਕੇ 8735 ਰੁਪਏ ਪ੍ਰਤੀ ਕੁਇੰਟਲ ਤੱਕ ਨਰਮੇ ਦਾ ਰੇਟ ਰਿਹਾ ਹੈਗਾ। ਇਸ ਤੋਂ ਬਾਅਦ ਦੋਸਤੋ ਜਿਹੜੀ ਸੰਗਰੂਰ ਮੰਡੀ ਆ ਉੱਥੇ ਵੀ ਨਰਮਾ 8500-8600 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਗਾ। ਇਸੇ ਤਰ੍ਹਾਂ ਹੀ ਦੋਸਤੋ ਬਠਿੰਡਾ ਗਾ। ਕੁੱਲ ਮਿਲਾ ਕੇ ਦੋਸਤੋ ਸਾਰੀਆਂ ਮੰਡੀਆਂ ਦੇ ਵਿੱਚ 19-21 ਦਾ ਫਰਕ ਹੈਗਾ, ਰੇਟ ਸੇਮ ਜਿਹਾ ਹੀ ਰਿਹਾ। ਪਰੰਤੂ ਦੋਸਤੋ ਹਰ ਵਾਰ ਦੀ ਤਰ੍ਹਾਂ ਤੁਸੀਂ ਮੇਰੀ ਇੱਕ ਗੱਲ ਪੱਕਾ ਨੋਟ ਕਰਨੀ ਕਿ ਨਾ ਫਤਿਹਾਬਾਦ ਮੰਡੀ ਦੇ ਵਿੱਚ ਨਾ ਸਭ ਤੋਂ ਘੱਟ ਰੇਟ ਰੱਖਿਆ ਗਾ, ਹਰ ਵਾਰ ਹੀ ਫਤਿਹਾਬਾਦ ਦੇ ਵਿੱਚ ਘੱਟ ਰੇਟ ਰੱਖਦਾ ਗਾ। ਹਾਂ, ਜਿਹੜਾ ਸਿਰਾ ਰੇਟ ਆ ਉਹ ਜ਼ਰੂਰ 8300 ਰੁਪਈਆ ਗਾ, ਪਰੰਤੂ ਸਿਰਾ ਅਤੇ ਸਭ ਤੋਂ ਘੱਟ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ। ਸਭ ਤੋਂ ਘੱਟ ਕਿੰਨਾ ਲੱਗਿਆ? ਸਿਰਫ 6000 ਰੁਪਏ। ਬਾਕੀ ਜਿੰਨੀਆਂ ਵੀ ਮੰਡੀਆਂ, ਚਾਹੇ ਉਹ ਗਿੱਦੜਬਾਹਾ, ਅਬੋਹਰ ਆ, ਸਿਰਸਾ ਗੀ, ਬਠਿੰਡਾ ਆ ਗਈ, ਆਦਮਪੁਰ ਆ, ਜਿੰਨੀਆਂ ਵੀ ਮੰਡੀਆਂ, ਬਾਕੀ ਸਾਰਿਆਂ ਦੇ ਵਿੱਚ ਸੇਮ ਰੇਟ ਰਿਹਾ, ਬਸ 19-21 ਦਾ ਫਰਕ ਆ। ਇਸ ਲਈ ਦੋਸਤੋ ਸਭ ਤੋਂ ਜ਼ਿਆਦਾ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ ਉਹ ਰਿਹਾ ਜੀ ਸੰਘਰੀਆਂ ਮੰਡੀ ਦੇ ਵਿੱਚ, ਸੰਘਰੀਆਂ ਮੰਡੀ ਦੇ ਵਿੱਚ ਅਤੇ ਅਬੋਹਰ ਮੰਡੀ ਦੇ ਵਿੱਚ, ਕਿਉਂਕਿ ਇੱਥੇ ਨਰਮਾ 7700 ਰੁਪਏ ਤੋਂ ਪਲੱਸ ਵਿਕਿਆ ਗਾ। ਬਾਕੀ ਦੋਸਤੋ ਅੱਜ ਦੀ ਵੀਡੀਓ 'ਚ ਇੰਨਾ ਕੀ ਜਾਣਕਾਰੀ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਵੀਰਾਂ ਨਾਲ ਸ਼ੇਅਰ ਜ਼ਰੂਰ ਕਰਨਾ। ਧੰਨਵਾਦ ਦੋਸਤੋ।